ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੀ ਇਸ ਸੈਮੈਸਟਰ ਪੰਜਵਾਂ ਦੇ ਲਾਜ਼ਮੀ ਪੰਜਾਬੀ ਵਿਸ਼ੇ ਦੀਨ ਮੱਧਕਾਲੀਨ ਪੰਜਾਬੀ ਕਾਵਤਾਰਾ ਪੁਸਤਕ ਵਿੱਚੋਂ ਅਸੀਂ ਪੜ ਰਹੇ ਹਾਂ ਗੁਰੂ ਅਰਜਨ ਦੇਵ ਜੀ ਦੀਆਂ ਰਚਨਾਵਾਂ ਨੂੰ ਤੇ ਅੱਜ ਅਸੀਂ ਰਾਗ ਸੁਰਠ ਆਦ ਗ੍ਰੰਥ ਪਾਣਾ ਨੰਬਰ 641 ਤੇ ਦਰਜ ਪਾਠ ਪੜਿਓ ਅਰ ਬਾਣੀ ਨੂੰ ਪੜਾਂਗੇ ਜੇ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਵਾਧੂ ਦੇ ਧਾਰਮਿਕ ਕਰਮ ਕਾਂਡ ਕਰਨ ਤੋਂ ਰੋਕਿਆ ਕਿਉਂਕਿ ਉਹ ਧਾਰਮਿਕ ਕਰਮਕਾਂਡ ਕਰਨ ਦੇ ਨਾਲ ਸਾਨੂੰ ਰੱਬ ਨਹੀਂ ਮਿਲ ਸਕਦਾ ਸਮਾਂ ਕਿ ਉਹਦਾ ਉਲਟਾ ਅਸਰ ਹੁੰਦਾ ਸਾਡੇ ਵਿੱਚ ਅਹੰਕਾਰਵਾਦ ਹੈ ਤੇ ਅਹੰਕਾਰ ਤਾਂ ਸਾਨੂੰ ਰੱਬ ਤੋਂ ਦੂਰ ਕਰਦਾ ਹੁਣ ਇਹ ਕਿਹੜੇ ਕਰਮਕਾਂਡਾਂ ਦੀ ਗੱਲ ਕਰਦੇ ਆ ਪੜਦੇ ਆ ਕਹਿੰਦਾ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਉੰਗਮ ਸਾਦੇ ਕਹਿੰਦੇ ਮੈਂ ਦੇਖਿਆ ਹੈ ਕਿ ਇਸ ਸੰਸਾਰ ਦੇ ਬਹੁਤ ਸਾਰੇ ਲੋਕ ਹੈ ਜੋ ਕਿ ਰੱਬ ਨੂੰ ਪ੍ਰਾਪਤ ਕਰਨ ਦੇ ਲਈ ਪਾਠ ਪੜ੍ਹਦੇ ਆ ਅਰ ਬੇਦ ਵਿਚਾਰਿਓ ਵੇਦਾਂ ਨੂੰ ਵੀ ਵਿਚਾਰਦੇ ਆ ਉਹ ਵੇਦਾਂ ਦਾ ਵੀ ਸੋਣਾ ਰੱਟਾ ਲਾਉਂਦੇ ਆ ਕਹਿੰਦਾ ਨਿਵਲ ਭੁੰਗਮ ਸਾਦੇ ਤੇ ਇਸ ਤੋਂ ਬਿਨਾ ਫਿਰ ਉਹ ਯੋਗ ਸਾਧਨਾ ਦੇ ਦੁਆਰਾ ਆਪਣੀ ਭੁੰਗਮ 나ੜੀ ਨੂੰ ਵੀ ਆਪਣੇ ਵਸ ਦੇ ਵਿੱਚ ਕਰਦੇ ਆ ਕਹਿੰਦੇ ਪੰਜ ਜਨਾਸਿਓ ਸੰਗ ਨਾ ਛੋਟਿਓ ਪਰ ਇੰਨਾ ਕਰਨ ਦੇ ਬਾਵਜੂਦ ਵੀ ਪੰਜ ਜਨਾ ਪੰਜ ਜਨ ਕਿਹੜੇ ਆ ਵਿਕਾਰ ਵਿਕਾਰ ਕਿਹੜੇ ਆ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਇਹ ਕਹਿੰਦੇ ਪੰਜ ਜਾਣਿਆਂ ਤੋਂ ਸਾਡਾ ਜਿਹੜਾ ਸੰਗ ਹੈ, ਸਾਡਾ ਸਾਥ ਹੈ ਉਹ ਛੁੱਟਦਾ ਨਹੀਂ ਹੈ। ਸਾਡੇ ਅੰਦਰ ਉਹ ਬੈਠੇ ਰਹਿੰਦੇ ਆ। ਕਹਿੰਦਾ ਅਧਿਕ ਅਹੰਮ ਬੁੱਧ ਬਾਤੇ। ਸਮਾਹ ਕੇ ਕਹਿੰਦਾ ਇਹਦਾ ਉਲਟਾ ਅਸਰ ਹੁੰਦਾ। ਜਦੋਂ ਅਸੀਂ ਪਾਠ, ਵੇਦ ਵਗੈਰਾ ਵਿਚਾਰਦੇ ਰਹਿੰਨੇ ਆ, ਜ਼ਿਆਦਾ ਹੀ ਬੈਠ ਕੇ ਯੋਗ ਸਾਧਨਾ ਵਿੱਚ ਲੱਗੇ ਰਹਿੰਨੇ ਤਾਂ ਕਹਿੰਦਾ ਸਾਡੇ ਅੰਦਰ ਅਹੰਕਾਰ ਪੈਦਾ ਹੁੰਦਾ ਹੈ। ਉਹ ਤਾਂ ਅਸੀਂ ਖੁਦ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਹਾਂ ਜਿਹੜੇ ਲੋਕ ਮਾੜਾ ਮੋਟਾ ਰੱਬ ਦਾ ਨਾਮ ਲੈਂਦੇ ਆ ਸਟੇਜ ਤੇ ਬੈਠ ਕੇ ਚਾਰ ਅੱਖਰ ਬੋਲ ਲੈਂਦੇ ਆ ਉਹਨਾਂ ਦੇ ਵਿੱਚ ਅਹੰਕਾਰ ਜ਼ਿਆਦਾ ਹੁੰਦਾ ਉਹ ਖੁਦ ਹੀ ਰੱਬ ਸਮਝਣ ਲੱਗ ਜਾਂਦੇ ਆ ਆਪਣੇ ਆਪ ਨੂੰ ਇਹ ਕੁਦਰਤੀ ਹੈ ਕੋਈ ਹੁੰਦਾ ਜਿਹੜਾ ਆਪਣੇ ਆਪ ਨੂੰ ਵਸ ਦੇ ਵਿੱਚ ਕਰ ਲੈਂਦਾ ਨਹੀਂ ਤਾਂ ਫਿਰ ਇਹ ਜਿਹੜਾ ਅਹੰਕਾਰ ਹੈ ਉਹ ਬੰਦੇ ਦੇ ਸਿਰ ਚੜੀ ਜਾਂਦਾ ਕਹਿੰਦਾ ਪਿਆਰੇ ਇਨ ਵਿਧ ਮਿਲਣ ਨਾ ਜਾਈ ਫਿਰ athe ਗੁਰੂ ਅਰਜਨ ਦੇਵ ਜੀ ਸਾਨੂੰ ਕੀ ਕਹਿੰਦੇ ਆ ਕਿ ਹੇ ਪਿਆਰੇ ਇਹ ਜਿਹੜਾ ਤਰੀਕਾ ਹੈ ਤੇਰਾ ਉਹ ਰੱਬ ਨੂੰ ਮਿਲਣ ਦੇ ਲਈ ਜਾਣ ਦਾ ਸਹੀ ਨਹੀਂ ਹੈ ਇਹ ਨਵਿਤ ਹੁੰਦਾ ਤਰੀਕਾ ਕਹਿੰਦਾ ਜਾਏ ਮੈਂ ਕੀਏ ਕਰਮ ਅਨੇਕਾ ਕਹਿੰਦੇ ਮੈਂ ਬਹੁਤ ਕੁਝ ਕਰਕੇ ਦੇਖ ਲਿਆ ਹੁਣ ਮੈਂ ਕਹਿੰਦੇ ਰਾਸਤਾ ਜਿਹੜਾ ਉਹ ਅਲੱਗ ਫੜਿਆ ਹੈ ਪਰਮਾਤਮਾ ਤੱਕ ਜਾਣ ਦਾ ਹਾਰ ਪਰਿਓ ਸਵਾਮੀ ਕੇ ਦਵਾਰੇ ਮੈਂ ਹੁਣ ਆਪਣੇ ਆਪ ਤੋਂ ਹਾਰ ਕੇ ਸਾਰਾ ਕੁਝ ਗਵਾ ਕੇ ਸਾਰਾ ਕੁਝ ਛੱਡ ਕੇ ਇਹ ਧਾਰਮਿਕ ਕਰਮ ਕਾਂਡਾਂ ਨੂੰ ਪਿੱਛੇ ਰੱਖ ਕੇ ਸਵਾਮੀ ਦੇ ਦਰਵਾਜ਼ੇ ਤੇ ਗਿਆ ਕਹਿੰਦੇ ਦੀਜੈ ਬੁੱਧ ਵਿਵੇਕ ਤੇ ਮੈਂ ਉਹ ਤੋਂ ਇਹ ਅਰਦਾਸ ਕਰਦਾ ਹਾਂ ਕਿ ਉਹ ਮੈਨੂੰ ਬੁੱਧੀ ਬਖਸ਼ੇ ਮੈਨੂੰ ਮੈਨੂੰ ਪਰਖ ਕਰਨ ਦੀ ਸੋਝੀ ਬਖਸ਼ੇ ਤਾਂ ਕਿ ਮੈਂ ਸਮਝ ਸਕਾਂ ਕਿ ਇਹ ਕਰਮ ਕਾਂਡ ਮੇਰੇ ਕੰਮ ਨਹੀਂ ਆ ਸਕਦੇ ਮੈਨੂੰ ਉਹ ਸਿੱਧਾ ਰਸਤਾ ਦਿਖਾਵੇ ਜਿਸ ਰਾਸਤੇ ਦੇ ਉੱਤੇ ਚੱਲ ਕੇ ਮੈਂ ਆਪਣੇ ਪ੍ਰਭੂ ਨੂੰ ਮਿਲ ਸਕਦਾ ਮੋਨ ਪਇਓ ਕਰਪਾਤੀ ਰਹੀਓ ਨਗਨ ਫਿਰ ਫਰੇਓ ਬਨਮਾਹੀ ਕਈ ਲੋਕ ਕੀ ਕਰਦੇ ਆ ਰੱਬ ਨੂੰ ਪਾਉਣ ਦੇ ਲਈ ਮੋਨ ਪਿਓ ਵਰਤ ਰੱਖਦੇ ਹੋ ਮੋਨ ਵਰਤ ਬੋਲਦੇ ਨਹੀਂ ਕਿਸੇ ਦੇ ਨਾਲ ਕਹਿੰਦਾ ਕਰਪਾਤੀ ਰਹਿਓ ਫਿਰ ਆਪਣੇ ਹੱਥਾਂ ਦੇ ਨਾਲ ਹੀ ਭਾਂਡਾ ਜਿਹਾ ਬਣਾ ਕੇ ਮਤਲਬ ਕੋਲੀ ਵਗੈਰਾ ਭਾਂਡੇ ਵਗੈਰਾ ਉਹ ਵਰਤਦੇ ਨਹੀਂ ਆ ਖਾਣਾ ਖਾਣ ਦੇ ਲਈ ਉਹ ਕੀ ਕਰਦੇ ਆਪਣੇ ਹੱਥਾਂ ਨੂੰ ਹੀ ਭਾਂਡਾ ਬਣਾ ਲੈਂਦੇ ਤੇ ਉਹਦੇ ਨਾਲ ਹੀ ਉਹ ਖਾਂਦੇ ਪੀਂਦੇ ਜਾਂ ਆਪਣਾ ਕੰਮ ਕਰਦੇ ਆ ਕਹਿੰਦਾ ਨਗਨ ਫਿਰਿਓ ਬਨਮਾਹੀ ਤੇ ਹੋਰ ਕੀ ਕਰਦੇ ਆ ਕਹਿੰਦਾ ਬਣਾ ਦੇ ਵਿੱਚ ਉਹ ਜੰਗਲਾਂ ਦੇ ਵਿੱਚ ਨੰਗੇ ਹੋ ਕੇ ਫਿਰਦੇ ਆ ਕਹਿੰਦੇ ਇਸ ਤਰੀਕੇ ਦੇ ਨਾਲ ਸਾਨੂੰ ਰੱਬ ਮਿਲ ਜਾਣਾ ਟੱਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਦਾ ਛੂਟ ਕੇ ਨਹੀਂ ਹੋਰ ਕੀ ਕਰਦੇ ਆ ਟੱਟ ਦਰਿਆਵਾਂ ਦੇ ਨਦੀਆਂ ਦੇ ਟੱਟਾਂ ਦੇ ਉੱਤੇ ਜਾਂਦੇ ਆ ਤੀਰਥ ਕਰਦੇ ਆ ਸਭ ਧਰਤੀ ਭ੍ਰਮਿਓ ਇਹ ਸਾਰੀ ਧਰਤੀ ਦੀਆਂ ਯਾਤਰਾਵਾਂ ਉਹ ਕਰ ਲੈਂਦੇ ਆ ਦੁਬਿਧਾ ਛੁੱਟ ਕੇ ਨਹੀਂ ਪਰ ਫੇਰ ਵੀ ਉਹ ਦੁਚਿੱਤੀ ਦੇ ਵਿੱਚ ਦੁਬਿਧਾ ਦੇ ਵਿੱਚ ਪਏ ਰਹਿੰਦੇ ਆ ਉਹਨਾਂ ਤੋਂ ਉਹਨਾਂ ਦਾ ਸਾਥ ਨਹੀਂ ਛੁੱਟਦਾ ਕਹਿੰਦਾ ਮਨ ਕਾਮਨਾ ਤੀਰਥ ਜਾਏ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵਾਤ ਧਰਾਏ ਹੋਰ ਕੀ ਕਰਦੇ ਆ ਆਪਣੇ ਮਨ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਉਹ ਤੀਰਥਾਂ ਦੇ ਉੱਤੇ ਜਾਂਦੇ ਆ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵਾਤ ਧਰਾਏ ਤੇ ਕਰਵਾਤ ਹੁੰਦਾ ਹੈ ਆਰਾ ਤੇ ਆਪਣੇ ਸਿਰ ਦੇ ਉੱਤੇ ਆਰਾ ਰੱਖਦੇ ਆ ਭਾਵ ਆਪਣੇ ਆਪ ਨੂੰ ਉਹ ਦੁੱਖ ਪਹੁੰਚਾਉਂਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਦੁੱਖ ਪਹੁੰਚਾ ਕੇ ਆਪਣੇ ਆਪ ਨੂੰ ਸੰਗਲਾਂ ਦੇ ਨਾਲ ਬਿੰਨ ਕੇ ਜਾਂ ਫਿਰ ਆਰੇ ਦੇ ਨਾਲ چیر ਕੇ ਸ਼ਾਇਦ ਰੱਬ ਮਿਲ ਜਾਵੇ ਕਹਿੰਦਾ ਉਹ ਇਹ ਵੀ ਕਰਮਕਾਂਡ ਕਰਦੇ ਆ ਕਹਿੰਦਾ ਮਨ ਕੀ ਮੈਲ ਨਾ ਉਤਰੇ ਇਹ ਵਿਦ ਜੇ ਲੱਖ ਯਤਨ ਕਰਾਏ ਪਰ ਜਿੰਨੇ ਮਰਜੀ ਆ ਜਿੰਨੇ ਵੀ ਉੱਪਰ ਜਤਨ ਲਿਖੇ ਆ ਪਾਠ ਪੜਨਾ ਆ ਵਰਤ ਵਗੈਰਾ ਰੱਖਣਾ ਨੰਗੇ ਘੁੰਮਣਾ ਜਾਂ ਆਪਣੇ ਆਪ ਨੂੰ ਆਪਣੇ ਸਿਰ ਤੇ ਯਾਰਾ ਰੱਖ ਲੈਣਾ ਕਹਿੰਦਾ ਇਹ ਜਿੰਨੇ ਮਰਜੀ ਤੁਸੀਂ ਕੰਮ ਕਰ ਲਓ ਇਹਨਾਂ ਦੇ ਨਾਲ ਮਨ ਦੀ ਮੈਲ ਜਾਂਦੀ ਨਹੀਂ ਐ ਕਹਿੰਦਾ ਜੇ ਲੱਖ ਯਤਨ ਕਰਾਏ ਭਾਵੇਂ ਲੱਖਾਂ ਹੀ ਯਤਨ ਕਰ ਲਓ ਕਹਿੰਦਾ ਕਨਿਕ ਕਾਮਣੀ ਹੈਵਰ ਗੈਵਰ ਬਹੁ ਵਿਦਦਾਨ ਦਾ ਤਾਰਾ ਹੋਰ ਮਨੁੱਖ ਕੀ ਕਰਦੇ ਐ ਕਹਿੰਦਾ ਉਹ ਮਨੁੱਖ ਕੀ ਕਰਦੇ ਰੱਬ ਨੂੰ ਪ੍ਰਾਪਤ ਕਰਨ ਦੇ ਲਈ ਕਣਕ ਕਣਕ ਹੁੰਦਾ ਸੋਨਾ ਕਹਿੰਦਾ ਉਹ ਸੋਨਾ ਦਾਨ ਕਰਦੇ ਆ ਕਾਮਿਨੀ ਕਹਿੰਦਾ ਇਸਤਰੀ ਇਸਤਰੀ ਦਾ ਵੀ ਕਹਿੰਦੇ ਦਾਨ ਕਰਦੇ ਉਹ ਹੈਵਰ ਗੈਵਰ ਹੈਵਰ ਗੈਵਰ ਕੀ ਆ ਘੋੜੇ ਵਧੀਆ ਵਧੀਆ ਹਾਥੀ ਵਧੀਆ ਕਹਿੰਦਾ ਇਹਨਾਂ ਦਾ ਵੀ ਉਹ ਦਾਨ ਕਰਦੇ ਬਹੁ ਵਿਦਦਾਨ ਦਾ ਤਾਰਾ ਬਹੁਤ ਸਾਰਾ ਉਹ ਦਾਨ ਕਰਦੇ ਕਹਿੰਦਾ ਇਹਨਾਂ ਚੀਜ਼ਾਂ ਦਾ ਕਹਿੰਦਾ ਅੰਨ ਬਸਤਰ ਫਿਰ ਅੰਨ ਵੀ ਕਈ ਦੇਣ ਵਾਲੇ ਹੁੰਦੇ ਆ ਬਸਤਰ ਦਿੰਦੇ ਆ ਲੋਕਾਂ ਨੂੰ ਵੰਡਦੇ ਉਹ ਭੂਮ ਬਹੁ ਅਰਪੇ ਨਾ ਮਿਲਿਆ ਮਿਲਿਆ ਹਰ ਦੁਆਰੇ ਕਹਿੰਦੇ ਆ ਕਈ ਲੋਕ ਐਸੇ ਵੀ ਹੈਗੇ ਜਿਹੜੇ ਭੂਮ ਭੂਮੀ ਵੀ ਅਰਪਿਤ ਕਰਦੇ ਆ ਲੋਕਾਂ ਨੂੰ ਪਰ ਕਹਿੰਦਾ ਇਹ ਐਨੇ ਸਾਰੇ ਕੰਮ ਕਰਨ ਦੇ ਬਾਵਜੂਦ ਵੀ ਨਾ ਮਿਲਿਆ ਹਰ ਦੁਆਰੇ ਫਿਰ ਵੀ ਰੱਬ ਘਰ ਸਾਨੂੰ ਮਿਲਦਾ ਨਹੀਂ ਹੈ ਅਸੀਂ ਰੱਬ ਤੱਕ ਪਹੁੰਚ ਨਹੀਂ ਪਾਉਂਦੇ ਕਹਿੰਦਾ ਪੂਜਾ ਅਰਚਾ ਬੰਦਨ ਡੰਡੋਤ ਖਟ ਕਰਮਾਰਤ ਰਹਤਾ ਤੇ ਰੱਬ ਨੂੰ ਪ੍ਰਾਪਤ ਕਰਨ ਦੇ ਲਈ ਉਹ ਕੀ ਕਰਦੇ ਆ ਪੂਜਾ ਕਰਦੇ ਆ ਮੂਰਤੀਆਂ ਦੀ ਅਰਚਨਾ ਕਰਦੇ ਆ ਉਹਨਾਂ ਦੀ ਸੇਵਾ ਕਰਦੇ ਆ ਕਹਿੰਦਾ ਬੰਦਨ ਡੰਟੋਤ ਡੰਡੋਤ ਵੀ ਕਰਦੇ ਆ ਉਹ ਫਿਰ ਖੱਟ ਕਰਮਾ ਖੱਟ ਕਰਮ ਛੇ ਕਰਮ ਹੈ ਬ੍ਰਾਹਮਣਾ ਦੇ ਲਈ ਦੱਸੇ ਹੋਏ ਕਹਿੰਦਾ ਉਹਨਾਂ ਅੱਜ ਜਿੰਨੇ ਵੀ ਉੱਪਰ ਦਿੱਤੇ ਹੋਏ ਇਹਨਾਂ ਨੇ ਨਾ ਵਰਤ ਰੱਖਣਾ ਜਾਂ ਪੂਜਾ ਅਰਚਨਾ ਵਗੈਰਾ ਕਰਨੀ ਯਾਤਰਾ ਤੀਰਥ ਵਗੈਰਾ ਕਰਨੀ ਕਹਿੰਦਾ ਇਹਨਾਂ ਕਰਮਾਂ ਨੂੰ ਪੂਰਾ ਕਰਨ ਦੇ ਵਿੱਚ ਉਹ ਬੰਦਾ ਜਿਹੜਾ ਉਹ ਲੱਗਿਆ ਰਹਿੰਦਾ ਪਰ ਇਹ ਵੀ ਸਾਨੂੰ ਰੱਬ ਤੱਕ ਨਹੀਂ ਪਹੁੰਚਾ ਸਕਦੇ ਹਾਉ ਹਾਉ ਕਰਤ ਬੰਧਨ ਮਹਾ ਪਰਿਆ ਨਾ ਮਿਲਿਆ ਇਹ ਜੁਗਤਾ ਹਾਉ ਹਾਉ ਕਹਿੰਦਾ ਬੰਦਾ ਕੀ ਕਰਦਾ ਰਹਿੰਦਾ ਮੈਂ ਮੈਂ ਕਰਦਾ ਰਹਿੰਦਾ ਠੀਕ ਹੈ ਤੇ ਉਹਦੇ ਵਿੱਚ ਉਹ ਫਸਿਆ ਰਹਿੰਦਾ ਤੇ ਹੰਕਾਰ ਜਿਹੜਾ ਉਹਦੇ ਮਨ ਦੇ ਵਿੱਚ ਜਗਾ ਕਰ ਜਾਂਦਾ ਹੈ ਨਾ ਹਮ ਲਿਏ ਇਹ ਜੋਤਾ ਕਹਿੰਦਾ ਇਸ ਤਰੀਕੇ ਦੇ ਨਾਲ ਇਹਨਾਂ ਯੋਗਤਾਵਾਂ ਦੇ ਨਾਲ ਵਿਧੀਆਂ ਦੇ ਨਾਲ ਰੱਬ ਜਿਹੜਾ ਸਾਨੂੰ ਨਹੀਂ ਮਿਲ ਸਕਦਾ ਯੋਗ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ ਤੇ ਯੋਗ ਕੀ ਜੋਗੀ ਕੀ ਕਰਦੇ ਆ ਕਹਿੰਦਾ ਉਹ ਯੋਗ ਕਰਦੇ ਆ 84 ਤਰ੍ਹਾਂ ਦੇ ਉਹਨਾਂ ਦੇ ਆਸਣ ਹੈ ਕਹਿੰਦਾ ਉਹਨਾਂ ਦੀ ਵੀ ਉਹ ਸਾਧਨਾ ਕਰ ਲੈਂਦੇ ਆ ਪਰ ਕਹਿੰਦਾ ਇਹ ਵੀ ਕਰ ਕਰ ਰਹਿਆ ਏ ਵੀ ਕਰ ਕਰ ਕੇ ਉਹ ਥੱਕ ਜਾਂਦੇ ਆ ਪਰ ਰੱਬ ਉਹਨਾਂ ਨੂੰ ਫਿਰ ਵੀ ਮਿਲਦਾ ਨਹੀਂ ਐ ਵੱਡੀ ਆਰਜਾ ਫਿਰ ਫਿਰ ਜਨਮ ਐ ਹਰ ਸਿਓ ਸੰਗ ਨਾ ਗਹਿਆ ਇਹ ਜਿਹੜੀ ਯੋਗ ਸਾਧਨਾ ਉਹ ਕਰਦਾ ਇਹਦੇ ਨਾਲ ਕੀ ਹੁੰਦਾ ਉਹਦੀ ਉਮਰ ਤਾਂ ਵੱਧ ਜਾਂਦੀ ਐ ਪਰ ਉਹਨੂੰ ਰੱਬ ਨਹੀਂ ਮਿਲਦਾ ਤੇ ਇਸ ਤਰ੍ਹਾਂ ਉਹ बार-बार ਇਸ ਧਰਤੀ ਦੇ ਉੱਤੇ ਜਨਮ ਲੈਂਦਾ ਰਹਿੰਦਾ ਐ ਕਹਿੰਦਾ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਕੋਰਕਾ ਦਵਾਰਾ ਤੇ ਕਈ ਲੋਕ ਐਸੇ ਹੁੰਦੇ ਆ ਜੋ ਰਾਜ ਲੀਲਾ ਰਜਨ ਕੀ ਰਚਨਾ ਉਹ ਰਾਜਿਆਂ ਦੇ ਮਹਿਲਾਂ ਦੇ ਵਿੱਚ ਰਹਿੰਦੇ ਆ ਤੇ ਉੱਥੋਂ ਦੇ ਜੋ ਸਵਾਦ ਹੁੰਦੇ ਆ ਉਹਨਾਂ ਨੂੰ ਉਹਨਾਂ ਨੂੰ ਲੈਂਦੇ ਆ ਤੇ ਆਪਣਾ ਹੁਕਮ ਚਲਾਉਂਦੇ ਆ ਤੇ ਉਹਨਾਂ ਦੇ ਵਿੱਚੋਂ ਕਈ ਐਸੇ ਹੁੰਦੇ ਆ ਜੋ ਸੇਜ ਸੋਹਣੀ ਚੰਦਨ ਚੋਆ ਚੰਦਨ ਦਾ ਚੰਦਨ ਖੁਸ਼ਬੂਦਾਰ ਲੱਕੜੀ ਹੁੰਦੀ ਆ ਉਸ ਤੋਂ ਬਣੇ ਪਦਾਰਥਾਂ ਦਾ ਆਨੰਦ ਮਾਣਦਾ ਚੋਹਾ ਅਤਰ ਖੁਸ਼ਬੂਦਾਰ ਤੇਲ ਜਾਂ ਕੋਈ ਵੀ ਖੁਸ਼ਬੂਦਾਰ ਪਦਾਰਥ ਉਹਨਾਂ ਦਾ ਆਨੰਦ ਮਾਣਦੇ ਆ ਕਹਿੰਦਾ ਸੇਜ ਸੋਹਣੀ ਤੇ ਸੇਜ ਤੇ ਬੈਠੀ ਸੋਹਣੀ ਇਸਤਰੀ ਦਾ ਆਨੰਦ ਵੀ ਮਾਣਦੇ ਆ ਕਹਿੰਦਾ ਇਹ ਸਾਰਾ ਕੁਝ ਕੀ ਹੈ ਨਰਕ ਕੋਰਕਾ ਦਾ ਦੁਆਰਾ ਹੈ ਇਹ ਸਾਰੇ ਹੀ ਸਾਨੂੰ ਨਰਕ ਵੱਲ ਨੂੰ ਲੈ ਕੇ ਜਾਂਦੇ ਕੋਈ ਵੀ ਚੰਗੀ ਚੀਜ਼ ਨਹੀਂ ਹੈ ਇਹਨਾਂ ਦੇ ਵਿੱਚੋਂ ਕਹਿੰਦਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਚੰਗੀ ਚੀਜ਼ ਕਿਹੜੀ ਹੈ ਹਰ ਕੀਰਤ ਸਾਧ ਸੰਗਤ ਸਾਨੂੰ ਰੱਬ ਤੱਕ ਲੈ ਕੇ ਜਾਣ ਵਾਲੀ ਸਾਧਾਂ ਦੀ ਸੰਗਤ ਹੈ ਸੱਚੇ ਸਾਧਾਂ ਦੀ ਸੰਗਤ ਸਿਰ ਕਰਮਨ ਕੈ ਕਰਮਾ ਤੇ ਇਹੀ ਇੱਕ ਚੰਗਾ ਕਰਮ ਹੈ ਕਿ ਉਹਨਾਂ ਸਾਧਾਂ ਦੀ ਸੰਗਤ ਕਰਕੇ ਅਸੀਂ ਸਿਮਰਨ ਵੱਲ ਵਧੀਏ ਕਹਿੰਦਾ ਕੋਹ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਖ ਲਿਖੇ ਕਾ ਲਹਿਣਾ ਪਰ ਗੁਰੂ ਅਰਜਨ ਦੇਵ ਜੀ ਕੀ ਕਹਿੰਦੇ ਆ ਕਿ ਇਹ ਮੌਕਾ ਕਿਹਨੂੰ ਮਿਲਦਾ ਕੋਹ ਨਾਨਕ ਤਿਸ ਭੈਉ ਪ੍ਰਾਪਤ ਕਿਸ ਕਿਸ ਇਨਸਾਨ ਨੂੰ ਇਹ ਜਿਹੜਾ ਮੌਕਾ ਪ੍ਰਾਪਤ ਹੁੰਦਾ ਜਿਸ ਪੁਰਬ ਲਿਖੇ ਕਾ ਲੈਣਾ ਜਿਹਦੇ ਪੁਰਾਣੇ ਸੰਸਕਾਰ ਕੋਈ ਕਰਮ ਉਹਦਾ ਸਾਥ ਦੇਣ ਮਤਲਬ ਸਾਨੂੰ ਸਾਡੇ ਆਪਣੇ ਜਿਹੜੇ ਕਰਮ ਹੈ ਉਹ ਸਵਾਰਨੇ ਚਾਹੀਦੇ ਆ ਉਹ ਸਾਡੇ ਸਹਾਈ ਹੋ ਸਕਦੇ ਆ ਸਾਡੇ ਅੱਜ ਦੇ ਜੀਵਨ ਨੂੰ ਸਵਾਰਨ ਦੇ ਲਈ ਜਾਂ ਫਿਰ ਅੱਜ ਜੋ ਅਸੀਂ ਕਰਮ ਕਰਾਂਗੇ ਉਹ ਅਗਲੇ ਜਨਮ ਦੇ ਵਿੱਚ ਸਹਾਈ ਹੋਣਗੇ ਜਿਨ੍ਹਾਂ ਦੇ ਦੁਆਰਾ ਅਸੀਂ ਚੰਗੇ ਨੇਕ ਕਮਾਂ ਵੱਲ ਵੱਧ ਸਕਾਂਗੇ ਤੇ ਚੰਗੀ ਸੋਹਣੀ ਜ਼ਿੰਦਗੀ ਬਤੀਤ ਕਰਕੇ ਪ੍ਰਮਾਤਮਾ ਦੇ ਰਾਸਤੇ ਦੇ ਉਤੇ ਚੱਲਦੇ ਹੋਏ ਉਹਦਾ ਨਾਮ ਸਿਮਰਨ ਕਰਦੇ ਹੋਏ ਉਸ ਪ੍ਰਮਾਤਮਾ ਦੇ ਘਰ ਤੱਕ ਜਾ ਪਾਵਾਂਗੇ ਇਸੇਗਾ ਗੁਰੂ ਅਰਜਨ ਦੇਵ ਜੀ ਦੀ ਬਾਣੀ ਪਾਠ ਪੜਿਓ ਅਰ ਅਗਰ ਇਹ ਵੀਡੀਓ ਕਿਸੇ ਵੀ ਤਰ੍ਹਾਂ ਤੁਹਾਡੇ ਲਈ ਲਾਹੇਵੰਦ ਹੋਵੇ ਤਾਂ ਇਸ ਨੂੰ ਜ਼ਰੂਰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ